स्टूडेंट्स वेलकम टू दी सब्जेक्ट प्रिंसिपल्स ऑफ कम्युनिकेशन इंजीनियरिंग पीसीई हुन ਅਸੀਂ ਸਟਾਰਟ ਕਰਾਂਗੇ 3 ਸੈਮੈਸਟਰ ਤੇ ਤੁਹਾਡਾ ਇਹ ਸਬਜੈਕਟ ਹੈ ਪੀਸੀਈ ਦੇ ਬਾਰੇ ਜਿਹੜਾ ਆਪਾਂ ਜਿਹੜਾ ਆਪਾਂ ਗੱਲ ਕਰਦੇ ਹਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਟ੍ਰੇਡ ਦੀ ਇਹ ਬ੍ਰਾਂਚ ਦੀ ਇੱਥੇ ਦੇਖੋ ਦੋ ਵਰਡਸ ਹੈ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਜਿਹੜਾ ਕਮਿਊਨੀਕੇਸ਼ਨ ਇੰਜੀਨੀਅਰਿੰਗ ਹੈ ਉਹ ਆਪਾਂ ਹੁਣ ਇਸ ਸਬਜੈਕਟ ਚ ਕਵਰ ਕਰਾਂਗੇ ਕਿ ਕਿੱਦਾਂ ਅਸੀਂ ਇਹ ਕਮਿਊਨੀਕੇਸ਼ਨ ਜਿਹੜੀ ਹੈ ਪੋਸੀਬਲ ਕਰ ਪਾਨੇ ਆ ਅੱਜ ਦੇ ਟਾਈਮ ਚ तो जरा अपना यह सबजैक्ट है ये दसदा हुआ कि जी कम्युनीकेशन इंजीनियरिंग हो रही है वो कहे प्रिंसीपल्स से डिपेंड है या कि सिद्धांत डि डिपेंड है हूँ पीसी ई की अपना द स्टडी ऑफ प्रिंसिपल ऑफ कम्युनीकेशन सिस्टम्स लीड्स टू फरदर स्पैशलाइज्ड स्टडी ऑफ ऑडियो एंड वीडियो सिस्टम्स लाइन कम्युनीकेशन एंड माइक्रोवेव कम्युनीकेशन सिस्टम्स ਹੁਣ ਇਹ ਜਿਹੜਾ ਆਪਣਾ ਸਬਜੈਕਟ ਹੈ ਪੀਸੀਈ ਇਹ ਆਪਾਂ ਨੂੰ ਕੀ ਇੱਕ ਤਰ੍ਹਾਂ ਦਾ ਬੇਸ ਹੈ ਜਿਹੜਾ ਆਪਾਂ ਤੁਸੀਂ ਆਉਣ ਵਾਲੇ ਸੈਮੈਸਟਰ ਸਬਜੈਕਟ ਸਟੱਡੀ ਕਰਨੇ ਆ ਜਿੱਦ ਆਪਣਾ ਆਡੀਓ ਐਂਡ ਵੀਡੀਓ ਸਿਸਟਮਸ ਹੈ ਮਾਈਕਰੋਵੇਵ ਕਮਿਊਨੀਕੇਸ਼ਨ ਸਿਸਟਮਸ ਹੈ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਪੜਾਂਗੇ ਆਪਾਂ ਲਾਈਨ ਕਮਿਊਨੀਕੇਸ਼ਨਸ ਹੈ ਤੇ ਇਟ ਮੀਨਸ ਕੀ जरा आप सब्जेक्ट स्टडी करा पी सी ई का अपना एक ज़्यादा बेसिक है जो आप बेसिक स्टडी करा उस तो बाद जो अपनी एडवांस कम्यूनीकेशन सिस्टम्स है अगर अपन डिजिटल कम्युनीकेशन की गल करिए आप माइक्रोवेव कम्युनीकेशन की गल करिए ऑडियोवीडियो सिस्टमस की गल करिए आप फरदर स्टडी करा जो अपने आने वाले समेसटर है तो इस द होल्डर इन इलैक्ट्रॉनिक्स एंड कम्युनीकेशन इंजीनियरिंग शैल फाइंड इम्पलॉयमेंट इन एरियाज़ ऑफ आर एंड डी प्रोडक्शन सर्विसिंग एंड मेनटेनेंस ऑफ सिस्टम्स ਹੁਣ ਅਸੀਂ ਜਿਹੜਾ ਕਮਿਊਨੀਕੇਸ਼ਨ ਇੰਜੀਨੀਅਰਿੰਗ ਪਾਰਟ ਸਟੱਡੀ ਕਰਦੇ ਹਾਂ ਈਸੀਈ ਦੇ ਵਿੱਚ ਇਹ ਚ ਕੀ ਹੈ ਡਿਗਰੀ ਡਿਪਲੋਮਾ ਤੁਸੀਂ ਜਦੋਂ ਕਵਰ ਕਰੋਗੇ ਖਤਮ ਕਰੋਗੇ ਆਪਣਾ ਡਿਪਲੋਮਾ ਖਤਮ ਕਰਕੇ ਜੋ ਨਿਕਲਾਉਂਗੇ ਤੁਸੀਂ ਤਾਂ ਤੁਸੀਂ ਕਾਫੀ ਤਰ੍ਹਾਂ ਦੇ ਜੌਬਸ ਅਵੇਲੇਬਲ ਹੈ ਜਿਹੜੇ ਆਪਣੇ ਕਮਿਊਨੀਕੇਸ਼ਨ ਸਿਸਟਮਸ ਹੈ ਉਹ ਜੋ ਤੁਸੀਂ ਆਰ ਐਨ ਡੀ ਚ ਜਾ ਸਕਦੇ ਹੋ ਜਿਹਨਾਂ ਬਗਨੇ ਰਿਸਰਚ ਐਂਡ ਡਿਵੈਲਪਮੈਂਟ ਪ੍ਰੋਡਕਸ਼ਨ ਚ ਜਾ ਸਕਦੇ ਹੋ ਜਿੱਥੇ ਬਣਾ ਮੈਨੂਫੈਕਚਰਿੰਗ ਕਰਦੇ ਹਨ ਸਰਵਿਸਿੰਗ ਜਿੱਥੇ ਕਿਸੇ ਚੀਜ਼ ਦੀ ਸਰਵਿਸ ਕਰਨੀ ਹੋਵੇ ਤੇ ਮੇਨਟੇਨੈਂਸ ਵਿੱਚ तो काफ़ी डिपार्टमेंट है अलग अलग एरियाज़ है जो कम्यूनीकेशन सिस्टम्स के होंगे है इन ज डिप्लोमा होल्डर स्टूडेंट्स है वो इन जॉब्स ओपरचुनिट अवे अवेल कर सकता है हम अपने को गल करिए कम्यूनीकेशन के बारे टैलीकॉम के बारे जी अपनी इंडियन अथोरिटी है ट्राई जब कहने टी आर ए आई टैलीकॉम रेगूलेटरी अथोरिटी ऑफ इंडिया यारा हैंडल करती है जिन्हें भी टैलीकॉम सर्विस प्रोवाइडरस है या सबसक्राइबर है सारे हैंडल करती है जो ट्राई अथोरटी है तो अपने को सर्विस प्रोवाइडर आए हैं कम्यूनीकेशन टैलीकॉम्चे आप गल करिए सब तो ज्यादा जो मेजर अपने को अजक जो ज़्यादा जो अवेलेबल है वो जियो है जियो आ गया फिर एयरटेल आ गया जब अपने वोडाफोन आ गया फिर अपने को बी एस एन एल आ गया यह अपने की है ये अपने सर्विस प्रोवाइडरस है मोबाइल फोन के जो आप गलबात करते हैं किसी एक जगह तो दूसरी जगह तक जो सर्विस प्रोवाइडरस आए जियो बी एस एन एल वोडाफोन एयरटैल ਤੇ ਇਹਨਾਂ ਚ ਆਪਣੇ ਕੋਲ ਕਾਫੀ ਜੌਬਸ ਅਵੇਲੇਬਲ ਹੁੰਦੀਆਂ ਹਨ ਕਾਫੀ ਮੈਨਪਾਵਰ ਚਾਹੀਦੀ ਹੁੰਦੀ ਹੈ ਤੇ ਇਹ ਜਿਹੜੀ ਵੀ ਕਮਿਊਨੀਕੇਸ਼ਨ ਸਿਸਟਮਸ ਨੂੰ ਹੀ ਮਤਲਬ ਉੱਥੇ ਆਪਾਂ ਜਿਹੜਾ ਬੱਚਾ ਕਮਿਊਨੀਕੇਸ਼ਨ ਸਿਸਟਮਸ ਬਾਰੇ ਪੜਦਾ ਹੈ ਉਹ ਹੀ ਉੱਥੇ ਜਾ ਸਕਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਟੇਡ ਸਰਵਿਸ ਪ੍ਰੋਵਾਈਡਰਸ ਅਵੇਲੇਬਲ ਆਪਣੇ ਕੋਲ ਜਿਦਾਂ ਆਪਾਂ ਸੈਟਲਾਈਟ ਥਰੂ ਆਪਾਂ ਸਿਗਨਲ ਲੈਂਦੇ ਆ ਜਿਦਾਂ ਆਪਾਂ ਡਿਸਟ੍ਰੀਬਿਊਟ ਦੀ ਗੱਲ ਕਰੀਏ ਜਦੋਂ ਆਪਾਂ ਟੀਵੀ 'ਚ ਚੈਨਲਸ ਦੇਖਦੇ ਆ ਤੇ ਆਪਣੇ ਕੋਲ ਟਾਟਾ ਸ카ਾਈ ਆ ਜਾਂਦਾ ਹੈ ਵੈਰ ਲਾਇਨਸ ਆ ਜਾਂਦਾ ਹੈ ਡਿਸ਼ ਵੀ ਆਇੰਦਾ ਵੈ ਡੀਡੀ ਨੈਸ਼ਨਲ ਦਾ ਫ੍ਰੀ ਜਿਹੜਾ ਆਪਣਾ ਡਿਸ਼ ਆਂਦੀ ਆ ਉਹ ਵੀ ਹੈ ਤੇ ਕਾਫੀ ਡਿਸ਼ ਵੀ ਆਪਣੇ ਕੋਲ ਅਵੇਲੇਬਲ ਹੈ ਉਹ ਵੀ ਇੱਕ ਤਰ੍ਹਾਂ ਦੀ ਕਮਿਊਨੀਕੇਸ਼ਨ ਸਿਸਟਮ ਹੀ ਹੈ ਆਪਣੇ ਕੋਲ ਤੇ ਇਹਨਾਂ ਆਪਣੇ ਕੋਲ ਜਦੋਂ ਜਦ ਪ੍ਰਸਾਰ ਭਾਰਤੀ ਦੀ ਗੱਲ ਕਰਦੇ ਆਂ ਜਿਹੱਚ ਆਪਾਂ ਰੇਡੀਓ ਉੱਚ ਵੀ ਆਪਣੇ ਕੋਲ ਰੇਡੀਓ ਆਇੰਦਾ ਵੈ ਦੂਰਸ਼ਨ ਆਇੰਦਾ ਵੈ ਤੇ ਉਹ ਵੀ ਆਪਣਾ ਕੀ ਹੈ ਇੱਕ ਤਰ੍ਹਾਂ ਦਾ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਪਾਰਟ ਉੱਚ ਜਿਹੜਾ ਸਟੂਡੈਂਟ ਹੈ ਡਿਪਲੋਮਾ ਹੋਲਡਰ ਤੇ ਜਾ ਸਕਦਾ ਵੈ ਤੇ ਕਾਫੀ ਓਪਰਚ्युनिटीज ਅਵੇਲੇਬਲ ਨਿਕਲਦੀਆਂ ਆ ਮੈਂ ਆਪਣੇ ਕੋਲ ਜਦੋਂ ਆਪਾਂ ਕਮਿਊਨੀਕੇਸ਼ਨ ਸਿਸਟਮ ਦੇ ਬਾਰੇ ਸਟੱਡੀ ਕਰ ਉਨ ਕਮਿਊਨੀਕੇਸ਼ਨ ਕੀ ਚੀਜ਼ ਹੈ ਅਸੀਂ ਇਥੇ ਗੱਲ ਕਰ ਰਹੇ ਹਾਂ ਕਿ ਸੀ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਰਡ ਯੂਜ਼ ਕਰ ਰਹੇ ਹਾਂ ਉਨ ਦਾ ਕਮਿਊਨੀਕੇਸ਼ਨ ਕੀ ਚੀਜ਼ ਹੁੰਦੀ ਹੈ ਕਮਿਊਨੀਕੇਸ਼ਨ ਕੈਨ ਬੀ ਡਿਫਾਈਨਡ ਐਸ ਦਾ ਪ੍ਰੋਸੈਸ ਆਫ ਐਕਸਚੇਂਜ ਆਫ ਇਨਫੋਰਮੇਸ਼ਨ ਥਰੂ ਮੀਨਸ ਸਚ ਐਸ ਵਰਡਸ ਐਕਸ਼ਨਸ ਸਾਈਨਸ ਇਤੈਟਰਾ ਬੀਟਵੀਨ ਟੂ অর ਮੋਰ ਇੰਡੀਵਿਜੂਅਲਸ ਉਨ ਕਮਿਊਨੀਕੇਸ਼ਨ ਕੀ ਹੈ ਜਦਾਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਆਪਾਂ ਉਹ ਇਨਫੋਰਮੇਸ਼ਨ ਹੈ ਆਪਣੇ ਜੋ ਬ੍ਰੈਂਚ ਕੋਈ ਥੌਟਸ ਹੈ ਉਹ ਆਪਾਂ ਕਿਸੇ ਅਗਲੇ ਪਰਸਨ ਨੂੰ ਕਿਸੇ ਜਾਂ ਇੱਕ ਕਿਸੇ ਗਰੁੱਪ ਚ ਆਪਾਂ ਆਪਣੇ ਜਿਹੜੇ ਥੌਟਸ ਹੈ ਉਹ ਪਹੁੰਚਾਣੇ ਹਨ ਚਾਹੇ ਆਪਾਂ ਕਿਸੇ ਵਰਡਸ ਕੁਝ ਬੋਲ ਕੇ ਕਿਸੇ ਐਕਸ਼ਨਸ ਨਾਲ ਕਿਸੇ ਸਾਈਨਸ ਨਾਲ ਆਪਾਂ ਯੂਜ਼ ਕਰਕੇ ਜਿਹੜੇ ਆਪਣੇ ਥੌਟਸ ਹੈ ਆਪਣੇ ਜਿਹੜੇ ਇਨਫੋਰਮੇਸ਼ਨ ਆਪਾਂ ਉਹ ਐਕਸਚੇਂਜ ਕਰ ਰਹੇ ਹਾਂ ਇੱਕ ਦੂਸਰੇ ਦੇ ਵਿਚਕਾਰ ਉਹਨੂੰ ਆਪਾਂ ਸਿੰਪਲੀ ਕਹਿੰਦੇ ਕਮਿਊਨੀਕੇਸ਼ਨ ਦ ਵਰਡ ਕਮਿਊਨੀਕੇਸ਼ਨ ਅਰਾਈਜ਼ਸ ਫਰਮ ਦ ਲਾਟਿਨ ਵਰਡ ਕਮਿਨਿਕੇਅਰ which means to share कम्यूनीकेशन इज़ द बेसिक स्टैप फॉर द एक्सचेंज ऑफ इनफोमेन जरा कम्यूनीकेशन वर्ड है एक एक लैटिन वर्ड कम्युनीकेट तो लिता गया जिदा मतलब कि शेयर करना तो आप अपनी इन्फोर्मेन शेयर कर रहे हैं ना दूसरे एक दूसरे नाल उ अपना कम्यूनीकेशन वर्ड तो है कम्यूनीकेट तो लिता गया जो मतलब है टू शेयर तो कम्यूनीकेशन की अपना एक बेसिक स्टैप है इनफोर्मे एक्सचेंज कर ठीक है तो कम्युनीकेशन तो काफ़ी इंपोर्टेंट होनी चाहिए है जब पढ़ते हैं कम्यूनीकेशन स्किल्स भी कई पढ़े होने बच्चों ने जो कि अं देखते कि अपने किथड्स है जो आप इनफोमे एक्सचेंज करने यूज़ करते हैं चाहे वह वर्ड्स है चाहे अल के करिए चाहे अंक लिख के करिए चाहे कोई साइनस ना करिए सइन देखें, कोई एक्शन करके करिए तो कम्यूनीकेशन किसी भी फॉर्म च हो सकती है लेकिन आप इतने हम गल कर रही है कम्यूनीकेशन एंजीनियरिंग दी कि अक् जगह पर बैठ के किसी होर दूर जगह पर आप ਦੇਰ ਥੋਟਸ ਹੈ ਇਨਫੋਰਮੇਸ਼ਨ ਹੈ ਉਹ ਪੁੰਚਾਣੀ ਹੈ ਕਿਦਾਂ ਪੁੰਚਾ ਸਕਦੇ ਆ ਆਪਾਂ ਕਮਿਊਨੀਕੇਸ਼ਨ ਇੰਜੀਨੀਅਰਿੰਗ ਕਨਸਰਨਡ ਵਿਦ ਦਾ ਸੈਂਡਿੰਗ ਐਂਡ ਰੀਸੀਵਿੰਗ ਆਫ ਸਿਗਨਲਸ اسپੈਸ਼ਲੀ ਬਾਈ ਮੀਨਸ ਆਫ ਇਲੈਕਟ੍ਰੀਕਲ ਔਰ ਇਲੈਕਟ੍ਰੋਐਕੋਸਟਿਕ ਡਿਵਾਈਸਸਿਸ ਐਂਡ ਇਲੈਕਟ੍ਰੋਮੈਗਨੇਟਿਕ ਵੇਵਸ ਹੁਣ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਮਤਲਬ ਕੀ ਹੈ ਕੀ ਡੀਲ ਕਰਦਾ ਵੈ ਇਹ ਕੀ ਕਰਦਾ ਵੈ ਜੋ ਆਪਾਂ ਸਿਗਨਲਸ ਸੈਂਡ ਕਰ ਰਹੇ ਆ ਜਾਂ ਰੀਸੀਵ ਕਰ ਰਹੇ ਆ ਤੇ ਉਹ ਇਲੈਕਟ੍ਰੀਕਲ ਵੇ ਹੈ ਚਾਹੇ ਉਹ ਈਐਮ ਵੇਵਜ਼ ਹੈ ਚਾਹੇ ਉਹ ਇਲੈਕਟ੍ਰੋ acústic ਡਿਵਾਈਸਸ ਹੈ ਆਪਾਂ ਕਿਹੜੇ ਮੈਥਡ ਨਾਲ ਚਾਹੇ ਆਪਾਂ ਵਾਇਰਲ ਵਾਇਰ ਨਾਲ ਆਪਾਂ ਜਿਹੜਾ ਸਿਗਨਲ ਸੈਂਡਿੰਗ ਕਰ ਰਹੇ ਆਂ ਜਾਂ ਰੀਸੀਵਿੰਗ ਕਰਨੇ ਆਂ ਜਾਂ ਆਪਾਂ ਬਾਇ ਏਅਰ ਕਰ ਰਹੇ ਆਂ ਤੇ ਆਪਣੀ ਵੇਵਜ਼ ਇਲੈਕਟ੍ਰੋਮੈਗਨੈਟਿਕ ਵੇਵਜ਼ ਆ ਤਾਂ ਆਪਾਂ ਜਦੋਂ ਆਪਾਂ ਮੋਬਾਈਲ ਫੋਨ ਤੋਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆਂ ਤਾਂ ਆਪਾਂ ਜਿਹੜਾ ਮੋਬਾਈਲ ਫੋਨ ਹੈ ਇੱਕ ਜਿਹੜਾ ਬੋਲ ਰਿਹਾ ਵੈ ਉਹ ਸੈਂਡਰ ਹੋ ਗਿਆ ਉਹ ਸੈਂਡਿੰਗ ਕਰ ਰਿਹਾ ਸਿਗਨਲ ਠੀਕ ਹੈ ਸਿਗਨਲ ਭੇਜ ਰਿਹਾ ਵੈ ਈਐਮ ਵੇਵਜ਼ ਦੇ ਫਾਰਮ ਵਿੱਚ ਫਿਰ ਜਿਹੜਾ ਗੱਲ ਨੂੰ ਸੁਣ ਰਿਹਾ ਹੋਵੇ ਦੂਸਰੇ ਮੋਬਾਈਲ ਫੋਨ ਦੂਸਰੀ ਸਾਈਡ ਤੇ ਉਹ ਕੀ ਹੈ ਔਰ ਰੀਸੀਵਰ ਹੈ ਔਰ ਰੀਸੀਵਿੰਗ ਕਰ ਰਿਹਾ ਹੋਵੇ ਠੀਕ ਹੈ ਉਹ ਆਪਣਾ ਕੀ ਹੈਗਾ ਵਾਇਰਲੈਸ ਜੇ ਜੇ ਅਪਾ ਟੈਲੀਫੋਨ ਲੈਂਡਲਾਈਨ ਫੋਨ ਦੀ ਗੱਲ ਕਰਦੇ ਹਾਂ ਆਪਣਾ ਵਾਇਰਡ ਕੇਬਲ ਹੁੰਦਾ ਹੈ ਵਾਇਰਸ ਹੁੰਦਾ ਹੈ ਤੇ ਅਪਾ ਜਦੋਂ ਉਸ ਥਰੂ ਅਪਾ ਜਦੋਂ ਅਪਾ ਸਿਗਨਲ ਭੇਜਦੇ ਹਾਂ ਅਪਾ ਇਲੈਕਟ੍ਰੀਕਲ ਦੀ ਫਾਰਮਸ ਭੇਜਦੇ ਹਾਂ ਕਿਉਂਕਿ ਵਾਇਰ ਥਰੂ ਮਨ ਸਿਗਨਲ ਜਾ ਰਿਹਾ ਹੋਵੇ ਸੈਂਡਰ ਤੋਂ ਰੀਸੀਵਰ ਤੱਕ ਠੀਕ ਹੈ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀ ਡੀਲ ਕਰਦੀ ਬੇਸਿਕਲੀ ਕਿਸੇ ਕਿਦਾਂ ਸਿਗਨਲ ਸੈਂਡ ਕਰਨਾ ਹੈ ਤੇ ਕਿਦਾਂ ਆਪਾਂ ਨੂੰ ਰਿਸੀਵ ਕਰਨਾ ਹੈ ਤਾਂ ਕਿ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਹ ਇੱਕ ਜਗ੍ਹਾ ਤੋਂ ਕਿਸੇ ਦੂਰ ਦੀ ਜਗ੍ਹਾ 'ਚ ਆਪਾਂ ਨੂੰ ਪਹੁੰਚਾ ਸਕੀਏ ਠੀਕ ਹੈ ਹੁਣ ਆਪਾਂ ਇਸ ਜੈਕਟ ਵਿੱਚ ਜਿਹੜਾ ਆਪਣਾ ਫਰਸਟ ਚੈਪਟਰ ਹੈ ਇੰਟਰੋਡਕਸ਼ਨ ਹੈ ਜੋ ਸਿਖੀ ਪੜਨਾ ਹੈ ਉਹ ਜਦ ਆ ਪਹਿਲੇ ਪੜਾਂਗੇ ਕਿ ਮੋਡੂਲੇਸ਼ਨ ਕੀ ਹੁੰਦੀ ਹੈ ਤੇ ਉਹਦੀ ਕੀ ਲੋੜ ਹੈ ਨੀਡ ਫॉर ਮੋਡੂਲੇਸ਼ਨ ਦੇਖੋ ਜਿਹੜੀ ਆਪਣੀ ਕਮਿਊਨੀਕੇਸ਼ਨ ਇੰਜੀਨੀਅਰਿੰਗ ਹੈ ਨਾ ਜੋ ਅਸੀਂ ਇਸ ਸਬਜੈਕਟ ਸਟੱਡੀ ਕਰਾਂਗੇ ਪੀਸੀਏ ਦੇ ਵਿੱਚ ਸਾਡਾ ਜਿਹੜਾ ਮੇਨ ਜਿਹੜਾ ਵਰਡ ਰਹੇਗਾ ਨਾ ਤੁਸੀਂ ਬਾਰ ਬਾਰ ਆਪਾਂ ਯੂਜ਼ ਕਰਾਂਗੇ ਉਹ ਆਪਣਾ ਰਹੇਗਾ ਮੋਡੂਲੇਸ਼ਨ ਦਾ ਅਸੀਂ ਬਾਰ ਬਾਰ ਮੋਡੂਲੇਸ਼ਨ ਵਰਡ ਦਾ ਜਿਹੜੀ ਵਰਤੋਗਾ ਜਾਂ ਯੂਜ਼ ਆਪਾਂ ਬਾਰ ਬਾਰ ਕਰਦੇ ਜਾਵਾਂਗੇ ਇਸ ਲਈ ਤੁਹਾਨੂੰ ਇਸ ਮੋਡੂਲੇਸ਼ਨ ਵਰਡ ਦੇ ਬਾਰੇ ਚ ਪ੍ਰੋਪਰ ਨੋਲੇਜ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਮੋਡੂਲੇਸ਼ਨ ਹੁੰਦੀ ਕੀ ਐਕਚੁਅਲ ਚ ਔਰ ਅਸੀਂ ਕਿੰਨੂ ਕਰ ਅਸੀਂ ਕਿਉਂ ਇਰੀਜ ਕੀ ਲੋੜ ਹੈ ਅਸੀਂ ਕਿ ਜ਼ਰੂਰਤ ਪਈ ਕਿ ਅਸੀਂ ਮੋਡੂਲੇਸ਼ਨ ਘਨੂ ਕਰਨੀ ਪਈ ਕਮਿਊਨੀਕੇਸ਼ਨ ਇੰਜੀਨੀਅਰਿੰਗਸ ਆਪਾਂ ਨੂੰ ਮੋਡੂਲੇਸ਼ਨ ਵਰਡ ਕਿਉਂ ਯੂਜ਼ ਕਰਨਾ ਪੈ ਰਿਹਾ ਵੈ ਕੀ ਮਤਲਬ ਹੈ ਇਹਦਾ ਤੇ ਇਹਦੀ ਕੀ ਨੀਡ ਹੈ ਇਹਦੀ ਜ਼ਰੂਰਤ ਕੀ ਹੈ ਤਾਂ ਅੱਜ ਆਪਾਂ ਪਹਿਲੇ ਸਟੱਡੀ ਕਰਾਂਗੇ ਇਹ ਹੀ ਵਰਡ ਡਿਸਕ੍ਰਾਈਬ ਕਰਾਂਗੇ ਆਪਾਂ ਕਿ ਮੋਡੂਲੇਸ਼ਨ ਹੁੰਦਾ ਕੀ ਹੈ ਫਿਰ ਆਪਾਂ ਦੇਖਾਂਗੇ ਉਹਦੀ ਕੀ ਨੀਡ ਹੈ ਲੋੜ ਕੀ ਹੈ ਇਸ ਮੋਡੂਲੇਸ਼ਨ ਕਰਨ ਦੀ ਫਿਰ ਆਪਾਂ ਦੇਖਾਂਗੇ ਫ੍ਰੀਕੁਐਂਸੀ ਟ੍ਰਾਂਸਲੇਸ਼ਨ ਦੇ ਬਾਰੇ ਫ੍ਰੀਕੁਐਂਸੀ ਟ੍ਰਾਂਸਲੇਸ਼ਨ ਮੀਨਸ ਕੀ ਹੈ ਕਿਸੇ ਫ੍ਰੀਕੁਐਂਸੀ ਨੂੰ ਚੇਂਜ ਕਰ ਰਹੇ ਹਾਂ ਇੱਕ ਫਾਰਮ ਤੋਂ ਦੂਸਰੀ ਫਾਰਮ ਚ ਮੀਨਸ ਕੀ ਇੱਕ ਫ੍ਰੀਕੁਐਂਸੀ ਨੂੰ ਆਪਾਂ ਦੂਸਰੀ ਫ੍ਰੀਕੁਐਂਸੀ ਚ ਚੇਂਜ ਠੀਕ ਹੈ ਟ੍ਰਾਂਸਲੇਸ਼ਨ ਮਤਲਬ ਕੀ ਹੈ ਚੇਂਜ ਕਰਨਾ ਠੀਕ ਹੈ ਮੀਨਸ ਇੱਕ ਵੈਲਿਊ ਤੋਂ ਦੂਸਰੀ ਵੈਲਿਊ 'ਚ ਆਪਾਂ ਕਨਵਰਟ ਕਰਨਾ ਫ੍ਰੀਕੁਐਂਸੀ ਦੀ ਵੈਲਿਊ ਨੂੰ ਠੀਕ ਹੈ ਤੇ ਫ੍ਰੀਕੁਐਂਸੀ ਵਰਡ ਆਪਾਂ ਇੱਥੇ ਯੂਜ਼ ਕਰਾਂਗੇ ਵੀ ਬਾਰ-ਬਾਰ ਯੂਜ਼ ਹੋਏਗਾ ਫ੍ਰੀਕੁਐਂਸੀ ਵਰਡ ਵੀ ਫ੍ਰੀਕੁਐਂਸੀ ਕੀ ਹੁੰਦੀ ਹੈ ਤਾਂ ਨੰਬਰ ਆਫ ਵਾਈਬ੍ਰੇਸ਼ਨਸ ਪਰ ਸੈਕਿੰਡ ਇੱਕ ਸੈਕਿੰਡ 'ਚ ਕਿੰਨੀ ਵਾਰ ਕੋਈ ਚੀਜ਼ ਵਾਈਬ੍ਰੇਟ ਕਰ ਰਹੀ ਹੈ ਉਹਨੂੰ ਆਪਾਂ ਕਹਿੰਦੇ ਆ ਫ੍ਰੀਕੁਐਂਸੀ ਠੀਕ ਹੈ ਮੀਨਸ ਟਾਈਮ ਦਾ ਕੀ ਹੈ ਆਪੋਜ਼ਿਟ ਹੈ ਰਿਵਰਸਲ ਹੈ ਮੀਨਸ 1 ਟਾਈਮ ਫ੍ਰੀਕੁਐਂਸੀ ਆਪਾਂ तो वर्ड है आप काफ़ी थे यूज करा जू यू, यूनिट्स की होंगे फ्रीकुएसी के हर्ट्स एच ई -E आर टी जैड समॉल जो लिखी है शोर्ट फॉर्म तर इला एच जैड ठीक है एच ई आर टी जैड फुल है एच जैड हर्ट्स एक सैंटिस्ट का नाम सेगा हर्ट्स ठीक है तो वे नाम से ही यूनिट्स पे है फ्रीकुएंसी के नंबर ऑफ वाइबरेशन पर सैकंड ਕਿ ਤੁਸੀਂ ਸੁਣਦੇ ਹੋਵੋਗੇ ਐਫ ਐਮ ਰੇਡੀਓ ਐਫ ਐਮ ਰੇਡੀਓ ਜ ਜਦੋਂ ਆਪਾਂ ਟਿਊਨਿੰਗ ਕਰਦੇ ਆ ਕੋਈ ਚੈਨਲ ਲਗਾਣੇ ਦਾ 100.6 ਐਫ ਐਮ 100.1 ਐਫ ਐਮ ਹਨਾ 98.3 ਐਫ ਐਮ 91.9 92.7 ਹੋਰ ਵੀ ਕਾਫੀ ਚੈਨਲਸ अवेलेबल ਹੈ 102.7 ਠੀਕ ਹੈ ਇਹ ਜਿਹੜੇ ਅਸੀਂ ਨਾਮ ਬੋਲ ਰਹੇ ਨਾ 100.6 100.1 102.7 91.9 98.3 ਹਨਾ ਇਹ ਸਾਰੇ ਕੀ ਇਹ ਫ੍ਰੀਕੁਐਂਸੀ ਹੁੰਦੀ ਹੈ ਇਹ ਆਪਾਂ ਇੱਕ ਤਰ੍ਹਾਂ ਦੀ ਫ੍ਰੀਕੁਐਂਸੀ ਬੋਲ ਰਹੇ ਹਾਂ ਠੀਕ ਹੈ ਤੇ ਫ੍ਰੀਕੁਐਂਸੀ ਇਹ ਬਾਰ ਬਾਰ ਆਪਾਂ ਯੂਜ਼ ਕਰਾਂਗੇ ਕਿਉਂਕਿ ਰੇਡੀਓ ਵੀ ਆਪਣੇ ਤਰ੍ਹਾਂ ਆਪਣਾ ਕੀ ਡਿਵਾਈਸ ਹੈ ਕਮਿਊਨੀਕੇਸ਼ਨ ਦਾ ਡਿਵਾਈਸ ਹੈ ਠੀਕ ਹੈ ਤੇ ਜਦਿਆਂ ਆਪਾਂ ਟੀਵੀ ਵਿੱਚ ਵੀ ਜਿਹੜੇ ਸਿਗਨਲ ਆ ਰਹੇ ਹੋਵੇ ਕਿਸੇ ਪਾਰਟਿਕੂਲਰ ਫ੍ਰੀਕੁਐਂਸੀ ਤੇ ਆਉਂਦੇ ਆ ਜਿਹੜੇ ਵੀ ਆਪਾਂ ਸਿਗਨਲਸ ਟ੍ਰਾਂਸਮਿਟ ਕਰ ਰਹੇ ਆ ਨਾ ਕਮਿਊਨੀਕੇਸ਼ਨ ਦੇ ਥਰੂ ਵਾਸਤੇ ਸੈਂਡਿੰਗ ਕਰ ਰਹੇ ਆ ਵੀ ਆ ਰੀਸੀਵਿੰਗ ਕਰ ਰਹੇ ਆ ਉਹ ਇੱਕ ਪਾਰਟਿਕੂਲਰ ਆਪਾਂ ਫ੍ਰੀਕੁਐਂਸੀ ਤੇ ਹੀ ਕਰਦੇ ਆ ਠੀਕ ਹੈ ਆਪਾਂ ਗੱਡਿਸ ਕਰਾਂਗੇ ਡਿਟੇਲ ਵਿੱਚ ਫ੍ਰੀਕੁਐਂਸੀ ਕੀ ਚੀਜ਼ ਹੁੰਦੀ ਹੈ ਤੇ ਕਿਉਂ ਆਪਾਂ ਉਹਨੂੰ ਟ੍ਰਾਂਸਲੇਟ ਕਰਦੇ ਆ भी सो लो वैल्यू तो आप हाई वैल्यू ट्रांसफर करा फ्रिक्वेंसी को उसके बाद फिर आप देखा डी मोडुलेन इन कम्युनिकेशन सिस्टम्स डी डीमोडूले जो है वो ओपोजिट रहेगा मोडुलेन का ठीक है मोडुलेन करा आप ट्रांसमिटर साइड से डी मोडोलेन आप करते हैं रिसीवर साइड से ठीक है मोडोलेन डीमोडलेन दो टर्म आ गए थे अपने को उस तो बाद फिर आप देखा पहले चैप्टर जो आप इंट्रोडक्शन है बेसिक स्कीम ऑफ मॉडर्न कम्यूनीकेशन सिस्टम जोड़ा अपना मॉडर्न कम्युनीकेशन सिस्टम है वो कि ब्लॉक डायरम है तो की स्कीम है वो बेसिक ठीक है कि ब्लॉक्स है तो वो ब्लॉक्स का की इंडिविजुअल ब्लॉक्स का की काम है आप देखा कितना आप कम्यूनीकेशन करते हैं बेसिक्स ठीक है हम आप मोडलेशन बारे देखते हैं कि मोडलेन की चीज़ है सूँ की लड़ है होंगी की है मोडलेशन देखो अ मैसेज कैरिंग सिग्नल हैज़ टू गैट ट्रांसमिट ओवर अ डिस्टेंस and for it to establish a reliable communication it needs to take the help of a high frequency signal we should not affect the original characteristics of the message signal unnapara signal laj apni message ya apni information contain hovegi da apasi ਕੋਈ ਆਪਣੀ ਇਨਫੋਰਮੇਸ਼ਨ ਪਹੁੰਚਾਣੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਰ ਜਦੋਂ ਆਪਾਂ ਉਹਨੂੰ ਕਨਵਰਟ ਕਰਦੇ ਆਂ ਆਪਣੀ ਦਾ ਮਤਲਬ ਆਪਣੀ ਵੌਇਸ ਹੈ ਜਦ ਆਪਾਂ ਬੋਲਦੇ ਆਂ ਆਪਣੀ ਵੌਇਸ ਹੈ ਉਹ ਵੌਇਸ ਤੋਂ ਆਪਾਂ ਕਨਵਰਟ ਕਰਦੇ ਆਂ ਕਿ ਸਿਗਨਲ ਦੀ ਫਾਰਮ ਚ ਜਿੱਥੇ ਆਪਣੀ ਮੈਸੇਜ ਜਾਂ ਆਪਣੀ ਇਨਫੋਰਮੇਸ਼ਨ ਕੰਟੇਨ ਹੋਏਗੀ ਉਹ ਆਪਾਂ ਹੁਣ ਟ੍ਰਾਂਸਮਿਟ ਕਰਨਾ ਹੈ ਕਾਫੀ ਡਿਸਟੈਂਸ ਤੱਕ ਠੀਕ ਹੈ ਉਹ ਤੇ ਆਪਾਂ ਨੂੰ ਜਾਨਣਾ ਗੜੀ ਕਮਿਊਨੀਕੇਸ਼ਨ ਅਵੇਲੇਬਲ ਹੋਵੇ ਠੀਕ ਹੈ ਤੇ ਉਹਦੇ ਵਾਸਤੇ ਕੀ ਕਰਦੇ ਆਪਾਂ ਆਪਾਂ ਨੂੰ ਇੱਕ ਹਾਈ ਫ੍ਰੀਕੁਐਂਸੀ ਸਿਗਨਲ ਦੀ ਲੋੜ ਹੁੰਦੀ ਹੈ ਜੋ ਕਿ ਉਹ ਸਿਗਨਲ ਜਿਹੜਾ ਆਪਣਾ ਮੈਸੇਜ ਸਿਗਨਲ ਹੈ ਜੋ ਜਿਹਨੇ ਮੈਸੇਜ ਕੰਟੇਨ ਹੈ ਉਹਦੇ ਸਿਗਨਲ ਨੂੰ ਕੈਰੀ ਕਰਦਾ ਹੋਇਆ ਤਾਂ ਕਿ ਉਹ ਜਿਹੜੇ ਕੈਰੈਕਟੈਰਿਸਟਿਕਸ ਹੈ ਉਹ ਚੇਂਜ ਨਾ ਹੋਣ ਉਹ ਉਹੀ ਰਹਿਣ ਠੀਕ ਹੈ ਇਹਦੇ ਵਾਸਤੇ ਆਪਾਂ ਨੂੰ ਮੋਡੂਲੇਸ਼ਨ ਦੀ ਲੋੜ ਪੈਂਦੀ ਹੈ ਮੈਂ ਇਸ ਬੇਸਿਕਲੀ ਜੇਕਰ ਆਪਾਂ ਲੌਂਗ ਡਿਸਟੈਂਸ 'ਤੇ ਟ੍ਰੈਵਲ ਕਰਨਾ ਕੋਈ ਸਿਗਨਲ ਆਪਣਾ ਜਿਹੜਾ ਆਪਣੀ ਇਨਫੋਰਮੇਸ਼ਨ ਕੰਟੇਨ ਹੋਏਗੀ ਉਹਨੂੰ ਆਪਾਂ ਕਨਵਰਟ ਕਰਦੇ ਹਾਂ ਹਾਈ ਫ੍ਰੀਕੁਐਂਸੀ ਸਿਗਨਲ 'ਚ ਮੋਡੂਲੇਸ਼ਨ ਕੀ ਪ੍ਰੋਸੈਸ ਹੈ ਮੋਡੂਲੇਸ਼ਨ ਵਰਡ ਦਾ ਸਸਾ ਮਤਲਬ ਹੁੰਦਾ ਹੈ ਕਿ ਚੇਂਜ ਕਰਨਾ ਕਿ ਕਿਸੇ ਚੀਜ਼ ਨੂੰ ਕਿਸੇ ਦੂਸਰੀ ਫਾਰਮਸ ਚੇਂਜ ਕਰਨਾ ਇੱਥੇ ਆਪਾਂ ਚੇਂਜ ਕਰਾਂਗੇ ਫ੍ਰੀਕੁਐਂਸੀ ਆਪਾਂ ਲੋ ਫ੍ਰੀਕੁਐਂਸੀ ਸਿਗਨਲ ਨੂੰ ਹਾਈ ਫ੍ਰੀਕੁਐਂਸੀ ਸਿਗਨਲਸ ਕਨਵਰਟ ਕਰ ਦਿੰਨੇ ਆ ਜਦ ਆਪਾਂ ਹੁਣ ਬੋਲਦੇ ਆ ਜਿਹੜੇ ਆਪਣੀ ਵਾਇਸ ਫ੍ਰੀਕੁਐਂਸੀ ਆਪ ਜੀ ਸੁਣਦੇ ਆ ਆਡੀਓ ਫ੍ਰੀਕੁਐਂਸੀ ਉਹ ਕਾਫੀ ਘੱਟ ਹੁੰਦੀ ਹੈ ਲੇਕਿਨ ਜਦ ਆਪਾਂ ਸਿਗਨਲ ਨੂੰ ਟ੍ਰਾਂਸਮਿਟ ਕਰਨਾ ਹੋਵੇ ਲੌਂਗ ਡਿਸਟੈਂਸ ਤੱਕ ਤਾਂ ਫ੍ਰੀਕੁਐਂਸੀ ਆਪ ਨੂੰ ਕਾਫੀ ਹਾਈ ਚਾਹੀਦੀ ਸਿਗਨਲ ਦੀ ਇਸ ਲਈ ਆਪਾਂ ਕੀ ਕਰਦੇ ਹਾਂ ਉਸ ਸਿਗਨਲ ਦੀ ਮੋਡੂਲੇਸ਼ਨ ਕਰ ਦਿੰਨੇ ਆ ਤਾਂ ਮੋਡੂਲੇਸ਼ਨ ਦੀ ਡੈਫੀਨੇਸ਼ਨ ਕੀ ਆਪਣੀ ਇਟ ਇਜ਼ ਦਾ ਪ੍ਰੋਸੈਸ ਆਫ ਚੇਂਜਿੰਗ ਦਾ ਪੈਰਾਮੀਟਰਸ ਆਫ ਦਾ ਕੈਰੀਅਰ ਸਿਗਨਲ ਇਨ ਅਕੋਰਡੈਂਸ ਵਿਦ ਦਾ ਇਨਸਟੈਂਟੇਨियस ਵੈਲਿਊਜ਼ ਆਫ ਦਾ ਮੋਡੂਲੇਟਿੰਗ ਸਿਗਨਲ ਠੀਕ ਹੈ ਆਪਾਂ ਕੀ ਕਰਦੇ ਹਾਂ ਜਿਹੜਾ ਕੈਰੀਅਰ ਸਿਗਨਲ ਹੈ ਮੋਡੂਲੇਸ਼ਨ ਚ ਜਦਨੀ ਪਰਸਾਇਸ ਸਵਛਪਗੀ ਕਰਦੇ ਹਾਂ ਕਿ ਜਿਹੜਾ ਕੈਰੀਅਰ ਸਿਗਨਲ ਹੈ ਉਹਦੇ ਪੈਰਾਮੀਟਰਸ ਨੂੰ ਆਪਾਂ ਚੇਂਜ ਕਰਾਂਗੇ ਕਿਦਾਂ ਚੇਂਜ ਕਰਾਂਗੇ ਅਕੋਰਡਿੰਗ ਟੂ ਦਾ ਜਿਹੜੇ ਆਪਣੇ ਇਨਸਟੈਂਟੇਨੀਅਸ ਵੈਲਿਊ ਹੈ ਗਰੀ ਮੋਡੂਲੇਟਿੰਗ ਸਿਗਨਲ ਦੀ ਤੇਰਾ ਆਪਣਾ ਮੋਡੂਲੇਟਿੰਗ ਸਿਗਨਲ ਹੈ ਉਹਨੂੰ ਆਪਾਂ ਮੈਸੇਜ ਸਿਗਨਲ ਵੀ ਕਹਿ ਦਿੰਨੇ ਆ ਜਿਹਦੇ ਆਪਣੇ ਇਨਫੋਰਮੇਸ਼ਨ ਕੰਟੇਨ ਹੁੰਦੀ ਹੈ ਠੀਕ ਹੈ ਦੇਖੋ ਮੋਡੂਲੇਟਿੰਗ ਸਿਗਨਲ ਕੀ ਹੈ ਇਟ ਇਜ਼ ਅ ਲੋ ਫ੍ਰੀਕੁਐਂਸੀ ਸਿਗਨਲ ਥੈਟ ਕੰਟੇਨਸ ਇਨਫੋਰਮੇਸ਼ਨ ਜੋ ਆਪਣਾ ਐਕਚੁਅਲ ਸਿਗਨਲ ਹੈ ਆਪਣਾ ਮੈਸੇਜ ਸਿਗਨਲ ਹੈ ਜਿਹਨੂੰ ਆਪਾਂ ਮੋਡੂਲੇਟਿੰਗ ਸਿਗਨਲ ਕਹ ਰਹੇ ਹਾਂ ਇਹ ਆਪਣਾ ਲੋ ਫ੍ਰੀਕੁਐਂਸੀ ਦਾ ਹੁੰਦਾ ਹੋਇਆ ਤੇ ਇਹਨੂੰ ਆਪਾਂ ਅਪਲੇਡਾ ਵੈ ਐਕਚੁਅਲ ਚ ਟ੍ਰਾਂਸਮਿਟ ਕਰਨਾ ਚਾਹੁੰਦੇ ਹਾਂ ਰੀਸੀਵਰ ਤੱਕ ਇਹ ਚੁੰਗੀਚ ਆਪਣੇ ਕੀ ਕੰਟੇਨ ਹੈ ਇਨਫੋਰਮੇਸ਼ਨ ਲਿਨੈਰ ਫ੍ਰੀਕੁਐਂਸੀ ਕੀ ਇਹਦੀ ਫ੍ਰੀਕੁਐਂਸੀ ਦੀ ਹੁੰਦੀ ਹੈ ਲੋ ਔਨ ਕੈਰੀਅਰ ਸਿਗਨਲ ਕੀ ਹੁੰਦਾ ਹੋਇਆ ਇਟ ਇਜ਼ ਅ ਹਾਈ ਫ੍ਰੀਕੁਐਂਸੀ ਸਿਗਨਲ ਥੈਟ ਕੈਰੀਜ਼ ਦਾ ਮੋਡੂਲੇਟਿੰਗ ਸਿਗਨਲ ਇਟ ਡਸ ਨਾਟ ਕੰਟੇਨ ਐਨੀ ਇਨਫੋਰਮੇਸ਼ਨ ਇਟਸ ਸੈਲਫ ਕੈਰੀਅਰ ਕੈਰੀਅਰ ਮਤਲਬ ਕਿ ਕਿਸੇ ਚੀਜ਼ ਨੂੰ ਲੈ ਕੇ ਜਾਣਾ ਕੈਰੀਅਰ ਵਰਡ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਾਂ ਕਿਸੇ ਚੀਜ਼ ਨੂੰ ਲੈ ਕੇ ਜਾਣੇ ਜਾ ਰਹੇ ਆ ਤੇ ਕੈਰੀਅਰ ਸਿਗਨਲ ਕਿਹਨੂੰ ਲੈ ਕੇ ਜਾਏਗਾ ਇੱਥੇ ਇਹ ਲੈ ਕੇ ਜਾਏਗਾ ਆਪਣੇ ਮੈਸੇਜ ਸਿਗਨਲ ਨੂੰ ਵਿੱਚ ਆਪਣੀ ਇਨਫੋਰਮੇਸ਼ਨ ਕੰਟੇਨ ਹੈ ਜਿਹਨੂੰ ਆਪਾਂ ਮੋਡੂਲੇਟਿੰਗ ਸਿਗਨਲ ਵੀ ਕਹਿ ਰਹੇ ਆ ਤੇ ਕੈਰੀਅਰ ਸਿਗਨਲ ਇੱਕ ਤਰ੍ਹਾਂ ਦਾ ਹਾਈ ਫ੍ਰੀਕੁਐਂਸੀ ਸਿਗਨਲ ਹੁੰਦਾ ਹੈ ਜੋ ਕਿ ਕੈਰੀ ਕਰਦਾ ਹੈ ਕਿਹਨੂੰ ਮੋਡੂਲੇਟਿੰਗ ਸਿਗਨਲ ਨੂੰ ਲੇਕਿਨ ਇਹਦੇ ਚ ਆਪਣੇ ਆਪ ਚ ਕੋਈ ਵੀ ਇਨਫੋਰਮੇਸ਼ਨ ਕੰਟੇਨ ਨਹੀਂ ਹੁੰਦੀ ਹੈ ਠੀਕ ਹੈ ਕਿ ਇਨਫੋਰਮੇਸ਼ਨ ਆਪਣੇ ਜਿਹੜੀ ਕੰਟੇਨ ਹੁੰਦੀ ਹੈ ਉਹ ਹੁੰਦੀ ਆਪਣੀ ਮੋਡੂਲੇਟਿੰਗ ਸਿਗਨਲ ਚ ਜਿਹਨੂੰ ਆਪਾਂ ਮੈਸੇਜ ਸਿਗਨਲ ਵੀ ਕਹਿ ਦਿੰਦੇ ਆ ਠੀਕ ਹੈ ਤਾਂ ਫਿਰ ਮੋਡੂਲੇਸ਼ਨ ਆਪਣਾ ਕੀ ਹੋ ਗਿਆ ਕਿ ਆਪਾਂ ਜਿਹੜਾ ਕੈਰੀਅਰ ਸਿਗਨਲ ਹੈ ਜੋ ਆਪਾਂ ਯੂਜ਼ ਕਰਾਂਗੇ ਠੀਕ ਹੈ ਆਪਣਾ ਐਕਚੁਅਲ ਚ ਕੋਈ ਇਨਫੋਰਮੇਸ਼ਨ ਹੋ ਚ ਨਹੀਂ ਹੁੰਦੀ ਹੈ ਉਹਦੇ ਪੈਰਾਮੀਟਰਸ ਨੂੰ ਆਪਾਂ ਚੇਂਜ ਕਰਾਂਗੇ ਇਨ ਅਕੋਰਡੈਂਸ ਵਿਦ ਦਾ ਜਿਹੜਾ ਜਿਹੜਾ ਆਪਣੀ ਜਿਹੜੀ ਵੈਲਿਊਜ਼ ਐ ਜਿਹੜੇ ਆਪਣੇ ਇਨਸਟੈਂਟੇਨੀਅਸ ਵੈਲਿਊਜ਼ ਐ ਕਿਧੀਆਂ ਮੋਡੂਲੇਟਿੰਗ ਸਿਗਨਲ ਦੀ ਉਹਦੇ ਅਕੋਰਡਿੰਗਲੀ ਆਪਾਂ ਕੈਰੀਅਰ ਸਿਗਨਲ ਜਿਹੜੇ ਪੈਰਾਮੀਟਰਸ ਐ ਉਹਨੂੰ ਆਪਾਂ ਚੇਂਜ ਕਰਦੇ ਹਾਂ ਇਹਨੂੰ ਆਪਾਂ ਕਹਿੰਨੇ ਆ ਇਸ ਪ੍ਰੋਸੈਸ ਨੂੰ ਆਪਾਂ ਕਹਿੰਨੇ ਆ ਮੋਡੂਲੇਸ਼ਨ ਤੇ ਮੋਡੂਲੇਸ਼ਨ ਜੋ ਆਪਾਂ ਬਾਰ-ਬਾਰ ਯੂਜ਼ ਕਰਾਂਗੇ ਵਰਡ ਤੁਸੀਂ ਸੁਣਿਆ ਵੀ ਹੋਣਾ ਮੈਂ ਰੇਡੀਓ ਵਿੱਚ ਜਦ ਆਪਾਂ ਰੇਡੀਓ ਹੁੰਦੇ ਆ ਦੋ ਤਰ੍ਹਾਂ ਦੇ ਉੱਚ ਹੁੰਦੇ ਆ ਚੈਨਲ ਐਫ ਐਮ ਤੇ ਏ ਐਮ ਐਫ ਐਮ ਰੇਡੀਓ ਤੇ ਏ ਐਮ ਰੇਡੀਓ ਤੇ ਜਿਹੜਾ ਐਫ ਐਮ ਤੇ ਏ ਐਮ ਆ ਦੋਵਾਂ ਜਿਹੜਾ ਪਿੱਛੇ ਐਮ ਆ ਰਿਹਾ ਨਾ ਉਹਦਾ ਮਤਲਬ ਹੁੰਦਾ ਵਾ ਮੋਡੂਲੇਸ਼ਨ ਐਫ ਐਮ ਮਤਲਬ ਹੈ ਫ੍ਰੀਕੁਐਂਸੀ ਮੋਡੂਲੇਸ਼ਨ ਤੇ ਏ ਐਮ ਦਾ ਮਤਲਬ ਹੁੰਦਾ ਵਾ ਐਂਪਲੀਟਿਊਡ ਮੋਡੂਲੇਸ਼ਨ ਆਪਾਂ ਦੋ ਦਨ ਰੇਡੀਓ ਟਿਊਨਿੰਗ ਕਰਦੇ ਆ ਇੱਕ ਐਫ ਐਮ ਰੇਡੀਓ ਦੀ ਇੱਕ ਏ ਐਮ ਰੇਡੀਓ ਦੀ ਠੀਕ ਹੈ ਇਸ ਲਈ ਮੋਡੂਲੇਸ਼ਨ ਦਾ ਜੋ ਡੈਫੀਨੇਸ਼ਨ ਹੈ ਚੰਗੀ ਤਰ੍ਹਾਂ ਕਲੀਅਰ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਆਪਣਾ ਅਗਲਾ ਸਿਗਨਲ ਆਂਦਾ ਵਾ ਮੋਡੂਲੇਟਡ ਸਿਗਨਲ ਅੱਪ ਪਹਿਲੇ ਦੋ ਸੀਰੀਅਲ ਦੀ ਗੱਲ ਕੀਤੀ ਨਾ ਇੱਕ ਆਪਾਂ ਕੀਤੀ ਹੈ ਮੋਡੂਲੇਟਿੰਗ ਇੱਕ ਆਪਾਂ ਕੀਤੀ ਹੈ ਕੈਰੀਅਰ ਸਿਗਨਲ ਦੀ ਹੁਣ ਆਪਾਂ ਗੱਲ ਕਰਾਂਗੇ ਮੋਡੂਲੇਟਡ ਸਿਗਨਲ ਹੁਣ ਆਪਾਂ ਕੀ ਕਰਦੇ ਹਾਂ ਮੋਡੂਲੇਸ਼ਨ ਚ ਕੈਰੀਅਰ ਸਿਗਨਲ ਦੇ ਜਿਹੜੇ ਪੈਰਾਮੀਟਰਸ ਹੈ ਉਹਨੂੰ ਚੇਂਜ ਕਰਦੇ ਹਾਂ ਕਿੱਦਾਂ ਚੇਂਜ ਕਰਦੇ ਹਾਂ ਅਕੋਰਡਿੰਗ ਟੂ ਦਾ ਇਨਸਟੈਂਟੇਨੀਅਸ ਵੈਲਿਊਜ਼ ਆਫ ਮੋਡੂਲੇਟਿੰਗ ਸਿਗਨਲ ਠੀਕ ਹੈ ਮਿਸ ਜਦੋਂ ਆਪਣੀ ਮੋਡੂਲੇਟਿੰਗ ਸਿਗਨਲ ਦੀ ਵੈਲਿਊਜ਼ ਚ ਵੇਰੀ ਕਰ ਰਹੀ ਹੈ ਚੇਂਜ ਕਰ ਰਹੀ ਹੈ ਉਸ ਇਨਸਟੈਂਟ ਤੇ ਹੀ ਆਪਾਂ ਕੈਰੀਅਰ ਦੇ ਪੈਰਾਮੀਟਰਸ ਨੂੰ ਵੇਰੀ ਕਰਦੇ ਹਾਂ ਮਿਸ ਚੇਂਜ ਕਰਦੇ ਹਾਂ ਤੇ ਉਸ ਤੋਂ ਬਾਅਦ ਚੇਂਜ ਕਰਨ ਤੋਂ ਬਾਅਦ ਜਿਹੜਾ ਸਿਗਨਲ ਆਪਾਂ ਨੂੰ ਮਿਲਦਾ ਹੈ ਉਹਨੂੰ ਆਪਾਂ ਕਿੰਨੇ ਹੈ ਮੋਡੂਲੇਟਿਡ ਸਿਗਨਲ ਇਟ ਇਜ਼ ਦਾ ਰਿਜ਼ਲਟੈਂਟ ਸਿਗਨਲ ਵਿਚ ਇਜ਼ ਓਬਟੇਨਡ ਆਫਟਰ ਚੇਂਜਿੰਗ ਦਾ ਪੈਰਾਮੀਟਰਸ ਆਫ ਕੈਰੀਅਰ ਸਿਗਨਲ ਇਨ ਅਕੋਰਡੈਂਸ ਵਿਦ ਦਾ ਮੋਡੂਲੇਟਿੰਗ অর ਮੈਸੇਜ ਸਿਗਨਲ ਠੀਕ ਹੈ ਉਹੀ ਗੱਲ ਹੈ ਇਹ ਆਪਣਾ ਇਹ ਤਰ੍ਹਾਂ ਦਾ ਰਿਜ਼ਲਟੈਂਟ ਸਿਗਨਲ ਆ ਜੋ ਆਪਾਂ ਐਕਚੁਅਲ ਚ ਟਰਾਂਸਮਿਟ ਕਰਨਾ ਹੁੰਦਾ। ਜਿੰਨ ਅਸੀਂ ਕੀ ਕਰਦੇ ਹਾਂ ਜਿਸ ਆਪਾਂ ਕੈਰੀਅਰ ਸਿਗਨਲ ਦੇ ਪੈਰਾਮੀਟਰਸ ਚੇਂਜ ਕਰਨ ਤੋਂ ਬਾਅਦ ਅਕੋਰਡਿੰਗ ਟੂ ਦਾ ਮੈਸੇਜ ਸਿਗਨਲ ਆਪਾਂ ਮੈਸੇਜ ਸਿਗਨਲ ਦੇ ਅਕੋਰਡਿੰਗਲੀ ਆਪਾਂ ਕੈਰੀਅਰ ਸਿਗਨਲ ਦੇ ਪੈਰਾਮੀਟਰਸ ਚੇਂਜ ਕਰਨ ਤੋਂ ਬਾਅਦ ਜਿਹੜਾ ਆਪਾਂ ਨੂੰ ਰਿਜ਼ਲਟੈਂਟ ਸਿਗਨਲ ਮਿਲਦਾ ਵੈ ਉਹ ਆਪਣਾ ਹੁੰਦਾ ਵੈ ਮੋਡੂਲੇਟਿਡ ਸਿਗਨਲ। ਐਕਚੁਅਲ ਚ ਆਪਾਂ ਇਹ ਵਾਲਾ ਸਿਗਨਲ ਟਰਾਂਸਮਿਟ ਕਰਾਂਗੇ। ਪਰ ਆਪਾਂ ਨੂੰ ਕਿਹੜਾ ਸਿਗਨਲ ਵਸੇ ਆਪਾਂ ਚੰਦਸੀ ਟ੍ਰਾਂਸਮਿਟ ਕਰਨਾ ਸੈਂਡ ਕਰਨਾ ਆਪਾਂ ਚੰਦਸੀਗੇ ਮੈਸੇਜ ਸਿਗਨਲ ਜ ਜਬਨੇ ਇਨਫੋਰਮੇਸ਼ਨ ਕੰਟੇਨਰ ਲੇਕਿਨ ਉਹਦੀ ਫ੍ਰੀਕੁਐਂਸੀ ਕਾਫੀ ਲੋ ਹੁੰਦੀ ਹੈ ਆਪਾਂ ਨੂੰ ਲੌਂਗ ਡਿਸਟੈਂਸ ਤੱਕ ਨਹੀਂ ਟ੍ਰਾਂਸਮਿਟ ਕਰ ਸਕਦੇ ਸੀਗੇ ਇਸ ਲਈ ਆਪਾਂ ਨੂੰ ਕੀ ਕਰਦੇ ਆ ਮੋਡੂਲੇਟ ਕਰਦੇ ਆ ਉਸ ਆਪਾਂ ਫਿਰ ਮੋਡੂਲੇਸ਼ਨ ਪ੍ਰੋਸੈਸ ਕੈਰੀ ਆਨ ਕਰਦੇ ਆਂ ਜਿੱਦਾਂ ਆਪਾਂ ਇੱਕ ਹੋਰ ਸਿਗਨਲ ਲੈਂਦੇ ਆਂ ਜਿਹਨਾਂ ਆਪਾਂ ਕਹਿੰਦੇ ਆਂ ਕੈਰੀਅਰ ਸਿਗਨਲ ਜੋ ਕਿ ਹਾਈ ਫ੍ਰੀਕੁਐਂਸੀ ਦਾ ਹੁੰਦਾ ਹੋਇਆ ਉਹ ਚ ਇਨਫਰਮੇਸ਼ਨ ਦਾ ਕੋਈ ਕੰਟੇਨ ਨਹੀਂ ਹੁੰਦੀ ਹੈ ਲੇਕਿਨ ਉਹ ਕੀ ਕਰੇਗਾ ਉਹ ਮੈਸੇਜ ਸਿਗਨਲ ਨੂੰ ਕੈਰੀ ਕਰੇਗਾ ਲੈ ਕੇ ਜਾਏਗਾ ਠੀਕ ਹੈ ਫਿਰ ਆਪਾਂ ਅੱਗੇ ਕਰਦੇ ਆਪਾਂ ਕੈਰੀ ਸੀਗਨਲ ਦੇ ਪ੍ਰੋਪਰਟੀਜ਼ ਨੂੰ ਚੇਂਜ ਕਰਕੇ ਪਰੈਮੀਟਰਸ ਨੂੰ ਚੇਂਜ ਕਰਕੇ ਜਿੱਦਾਂ ਆਪਾਂ ਮੋਡੂਲੇਟਿੰਗ ਸੀਗਨਲ ਚੇਂਜ ਹੋ ਰਿਹਾ ਹੋਵੇ ਉਹਦੇ ਅਕੋਰਡਿੰਗਲੀ ਆਪਾਂ ਚੇਂਜ ਕਰਕੇ ਫਿਰ ਆਪਾਂ ਇੱਕ ਨਵਾਂ ਸੀਗਨਲ ਜਨਰੇਟ ਕਰਦੇ ਆਂ ਜਿਹਨੂੰ ਆਪਾਂ ਕਹਿੰਨੇ ਆ ਮੋਡੂਲੇਟਿਡ ਸੀਗਨਲ ਜੋ ਕਿ ਚੇਂਜ ਹੋ ਚੁੱਕਾ ਹੈ ਸੀਗਨਲ ਠੀਕ ਹੈ ਤੇ ਅੱਜ ਆਪਾਂ ਇੰਨਾ ਹੀ ਕਵਰ ਕਰਦੇ ਆਂ ਠੀਕ ਹੈ ਨੈਕਸਟ ਆਪਾਂ ਦੇਖਾਂਗੇ ਹੋਰ ਮੋਡুলেਸ਼ਨ ਦੇ ਬਾਰੇ ਤੇ ਕੀ ਲੋੜ ਹੈ ਆਪਨੂੰ ਕੀ ਨੀਡ ਪਈ ਮੋਡুলেਸ਼ਨ ਕਰਨ ਦੀ ਹੋਰ ਇਹਦੇ ਬਾਰੇ ਪੁਆਇੰਟਸ ਲੈਬੋਰੇਟ ਚ ਸਟੱਡੀ ਕਰਾਂਗੇ ਇੱਕ ਪੁਆਇੰਟ ਤੁਹਾਨੂੰ ਮਾਈਂਡ ਚ ਰਹੀ ਗਿਆ ਹੋਣਾ ਮੈਂ ਕਿ ਮੇਨ ਜਿਹੜਾ ਰੀਜ਼ਨ ਹੈ ਮੋਡুলেਸ਼ਨ ਦਾ ਕਿ ਜਦੋਂ ਆਪਾਂ ਸਿਗਨਲ ਨੂੰ ਲੌਂਗ ਡਿਸਟੈਂਸ ਲਈ ਟਰੈਵਲ ਕਰਾਣਾ ਹੈ ਤਾਂ ਆਪਾਂ ਮੋਡুলেਸ਼ਨ ਆਪਾਂ ਨੂੰ ਕਰਨੀ ਹੀ ਪੈਂਦੀ ਹੈ ਇਹਦਾ ਆਪਣਾ ਹੀ ਪੁਆਇੰਟ ਹੋ ਗਿਆ ਇਸ ਤਰ੍ਹਾਂ ਹੋਰ ਵੀ ਕਾਫੀ ਪੁਆਇੰਟਸ ਹੈ ਮੋਡুলেਸ਼ਨ ਕਰਨ ਦੇ ਤਾਂ ਆਪਾਂ ਨੈਕਸਟ ਵੀਡੀਓ ਚ ਆਪਾਂ ਨੂੰ ਡਿਟੇਲ ਚ ਸਟੱਡੀ ਕਰਾਂਗੇ